ਵੱਡਾ ਹੁੰਦਾ ਹੈ ਕੁਝ ਸ਼ਖਸੀਅਤਾਂ ਦਾ ਕੰਮ ਇੰਨਾ ਵੱਡਾ ਹੁੰਦਾ ਹੈ ਕਿ ਜਦੋਂ ਅਸੀਂ ਉਹਨਾਂ ਨੂੰ ਅਨਾਉਂਸ ਕਰਾਉਨੇ ਆ ਤਾਂ ਸ਼ਬਦ ਛੋਟੇ ਪੈ ਜਾਂਦੇ ਨੇ ਸੋ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਚੰਨ ਦੇ ਥੱਲੇ ਚੰਨ ਲਿਖਣਾ ਹੋਵੇ ਤੇ ਫਿਰ ਬੰਦਾ ਝਿਜਕ ਜ਼ਰੂਰ ਜਾਂਦਾ ਹੈ ਸੋ ਅਗਲੀ ਸ਼ਖਸੀਅਤ ਦੇ ਲਈ ਮੈਂ ਕਹਿਣਾ ਚਾਹੂੰਗੀ ਕਿ ਸਫਲ ਉਹੀ ਹੁੰਦੇ ਨੇ ਜੋ ਕੁਝ ਕਰਨਾ ਜਾਣਦੇ ਨੇ ਸਫਲ ਉਹੀ ਹੁੰਦੇ ਨੇ ਜੋ ਕੁਝ ਕਰਨਾ ਜਾਣਦੇ ਨੇ ਜਿੱਤਦੇ ਉਹੀ ਨੇ ਜੋ ਹਰਨਾ ਜਾਣਦੇ ਨੇ ਐਵੇਂ ਗੱਲਾਂ ਨਾਲ ਮੈਲ ਨਹੀਂ ਉਸਰਦੇ ਸਮਾਂ ਵੀ ਉਹਨਾਂ ਦਾ ਗੁਲਾਮ ਬਣ ਜਾਂਦਾ ਹੈ ਜੋ ਜ਼ਿੰਦਗੀ 'ਚ ਕੁਝ ਕਰਨਾ ਜਾਣਦੇ ਨੇ ਸੋ ਚੌਕੇ ਤੇ ਛੱਕੇ ਲਾ ਕੇ ਦੁਸ਼ਮਣ ਦੇ ਦੰਦ ਖੱਟੇ ਕਰਨ ਵਾਲਾ ਅਦਾਕਾਰੀ ਵਿੱਚ ਆਪਣੀ ਅੜਪ ਵਾਲੀ ਬੜਕ ਦੇ ਬਾਦਸ਼ਾਹ ਹੱਕਦਾਰ ਨੇ ਸਾਡੇ ਅਗਲੇ ਸਨਮਾਨ ਦੇ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਸਦਾ ਦੇਣਾ ਚਾਹਾਂਗੇ ਅਣਖ ਵਾਲਾ ਸ਼ੇਰ ਜਿਸ ਦੀ ਗਰਜ ਨੇ ਪੰਜਾਬੀ ਗੱਭਰੂਆਂ ਦਾ ਸੀਨਾ ਹਮੇਸ਼ਾ 56 ਤੋਂ ਵੀ ਵੱਡਾ ਕਰ ਦਿੱਤਾ ਜਿਸ ਦੀ ਖੇਡ ਬਾਰੇ ਤਾਂਗ ਨੇ ਉਸਨੂੰ ਇੰਡੀਅਨ ਕ੍ਰਿਕਟ ਟੀਮ ਦਾ ਚਮਕਦਾ ਹੋਇਆ ਸਿਤਾਰਾ ਬਣਾਇਆ ਕ੍ਰਿਕਟ ਉਸਦਾ ਜਨੂੰਨ ਸੀ ਕ੍ਰਿਕਟ ਉਸਦੀ ਸ਼ਾਨ ਸੀ ਕ੍ਰਿਕਟਰ ਕ੍ਰਿਕਟ ਉਸਦੀ ਆਮ ਅਤੇ ਬਾਂਡ ਸੀ ਕੱਲ੍ਹ ਵੀ ਸੀ ਅਤੇ ਅੱਜ ਵੀ ਹੈ ਸਪੋਰਟਸ ਅਤੇ ਫਿਲਮਾਂ ਦੋਹਾਂ ਵਿੱਚ ਉਸ ਜਾਂਬਾਜ਼ ਸਿਤਾਰੇ ਨੇ ਆਪਣੀ ਪਛਾਣ ਇੱਕ ਜੁਝਾਰੂ ਸੂਰਮੇ ਵਾਂਗ ਕਾਇਮ ਕੀਤੀ ਗੱਜ ਬੱਜ ਕੇ ਫਤਿਹ ਬੁਲਾਇਓ ਜੀ ਮੇਰੇ ਨਾਲ ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੇਰੀ ਵਡਿਆਈ ਕੋਈ ਨਾਂ ਨਾ ਜਾਣੇ ਮੇਰਾ ਇਹ ਸੱਚ ਹੈ ਨਾ ਮੈਂ ਜ਼ਰਾ ਨਾ ਮੈਂ ਗੁਰੂ ਦੀ ਜੁੱਤੀ ਦੀ ਮਿੱਟੀ ਮੇਰੇ ਪੱਲੇ ਕੱਖ ਨਹੀਂ ਮੈਂ ਤੁਹਾਨੂੰ ਕਸਮ ਨਾਲ ਕਹਿੰਦਾ ਨਾ ਮੈਂ ਕਲਾਕਾਰ ਨਾ ਮੈਂ ਖਿਡਾਰੀ ਨਾ ਮੈਂ ਕੁਛ ਜੋ ਕੁਛ ਵੀ ਹੈ ਉਸ ਗੁਰੂ ਦਾ ਹੈ ਉਸ ਗੁਰੂ ਘਰ ਦਾ ਹੈ ਸਭ ਉਹਦੀ ਵਡਿਆਈ ਹੈ ਉਹਦੀ ਕਿਰਪਾ ਹੈ ਬਾਬਾ ਦੀਪ ਸਿੰਘ ਜੀ ਦੀ ਮਿਹਰ ਹੈ ਮੈਂ ਤਾਂ ਆਪਣੇ ਆਪ ਨੂੰ ਗੁਰੂ ਘਰ ਦਾ ਕੂਕਰ ਕਹਿੰਦਾ ਆਕੜਾ ਪਾਇਆ ਪਟਾ ਮੇਰੇ ਮੈਂ ਗੁਰੂ ਦਾ ਕੂਕਰ ਉਸ ਘਰ ਦਾ ਮੈਨੂੰ ਕਲਾ ਦਾ ਕੁਛ ਨਹੀਂ ਪਤਾ ਕਲਾਕਾਰ ਤਾਂ ਤੁਸੀਂ ਹੋ ਸਾਰੇ ਜਦ ਪਹਿਲੀ ਵਾਰੀ ਨੀਨਾ ਜੀ ਨੇ ਮੈਨੂੰ ਸਟੇਜ 'ਤੇ ਬੁਲਾਇਆ ਸੀ ਅਤੇ ਮੈਂ ਜੇ ਸ਼ੋਅ ਦੇਖ ਰਿਹਾ ਸੀ ਜਾਂ ਉਸ ਤੋਂ ਪਹਿਲਾਂ ਹਿੰਦੀ ਚਾਦਰ ਭੈਣ ਮੇਰੀ ਸਟੇਡੀਅਮ ਸ਼ੋਅ ਹੋਇਆ ਸੀ ਮੈਂ ਦੇਖ ਰਿਹਾ ਸੀ ਮੈਂ ਕਿਹਾ ਕਲਾਕਾਰ ਤਾਂ ਇਹ ਜਿਹੜੇ ਡਾਇਲੋਗ ਨਹੀਂ ਭੁੱਲਦੇ ਦੋ ਦੋ ਚਾਰ ਚਾਰ ਘੰਟੇ ਕਲਾਕਾਰ ਤਾਂ ਤੁਸੀਂ ਹੋ ਸਭ ਕੁਛ ਤਾਂ ਤੁਹਾਡੇ ਕੋਲ ਹੈ ਸਾਡੇ ਤੋਂ ਫਿਲਮਾਂ 'ਚ ਇੱਕ ਡਾਇਲੋਗ ਭੁੱਲ ਕੇ ਦੁਬਾਰਾ ਬੋਲਣਾ ਕਦੇ ਇੱਥੋਂ ਲੈ ਲੈ ਕਦੇ ਉਹ ਕਰ ਰਹੇ ਤਾਂ ਕੰਮ ਬਹੁਤ ਸੌਖਾ ਪਰ ਮੇਰਾ ਸੀਸ ਝੁਕਦਾ ਤੁਹਾਡੇ ਚਰਨਾਂ 'ਚ ਮੈਨੂੰ ਮੇਰੇ ਮਾਤਾ ਪਿਤਾ ਜੀ ਨੇ ਗੁਰੂਆਂ ਨੇ ਜੋ ਸ਼ਿਕਸ਼ਾ ਦਿੱਤੀ ਹੈ ਉਹ ਮੈਂ ਥੋੜ੍ਹੇ ਜਿਹੇ ਚੰਦ ਲਫ਼ਜ਼ਾਂ ਤੁਹਾਡੇ ਸਾਹਮਣੇ ਬਿਆਨ ਕਰਨ ਲੱਗਿਆ ਕਿਆ ਹੁਆ ਕਿ ਮੈਂ ਸਾਰੇ ਜਹਾਂ ਕੋ ਗੁਲਿਸਤਾਨ ਨਾ ਬਣਾ ਸਕਾਂ ਕਿਆ ਹੁਆ ਕਿ ਮੈਂ ਸਾਰੇ ਜਹਾਂ ਕੋ ਗੁਲਿਸਤਾਨ ਨਾ ਬਣਾ ਸਕਾਂ ਕੁਛ ਭਾਰ ਕਮ ਹੀ ਕਰਤਾ ਗਿਆ ਗੁਜ਼ਰਾ ਜਿਧਰ ਸੇ ਮੈਂ ਮੈਨੂੰ ਸ਼ੌਕ ਹੈ ਜਦ ਮੈਂ ਕ੍ਰਿਕਟ ਖਿਡਾਉਂਦਾ ਸੀ ਮੇਰੇ ਮਾਤਾ ਜੀ ਮੈਨੂੰ ਕਹਿੰਦੇ ਸੀ ਕੀ ਕਰਦਾ ਐਡੀ ਵੱਡੀ ਜਾਇਦਾਦ ਐਡਾ ਵੱਡਾ ਸਰਦਾਰ ਦਾ ਤੂੰ ਮੁੰਡਾ ਸਵੇਰੇ ਜਾਂਦਾ ਮਿੱਟੀਓ ਮਿੱਟੀ ਹੋ ਕੇ ਸ਼ਾਮ ਨੂੰ ਆਉਣਾ ਕੀ ਲੈਣਾ ਖੇਡ ਲਿਆ ਬਹੁਤ ਹੋ ਗਿਆ ਮੈਂ ਕਿਹਾ ਮਾਂ ਮੇਰੀਏ ਮੈਂ ਨਾ ਰੱਬ ਦੇ ਬੱਚਿਆਂ ਦੀ ਸੇਵਾ ਕਰਦਾ ਇਹਨਾਂ ਦੇ ਚਰਨਾਂ ਦੀ ਸੇਵਾ ਕਰੂੰਗਾ ਨਾ ਤਾਂ ਯਾਦ ਰੱਖੀ ਰੱਬ ਤੇਰੇ ਘਰੇ ਐਡਾ ਵੱਡਾ ਬੋਰਡ ਲਾਊਗਾ ਜਿਹਦੀ ਛਤਰ ਛਾਇਆ ਹੇਠ ਬੈਠ ਕੇ ਲੋਕ ਆਪਣੀ ਤਕਦੀਰ ਲਿਖਿਆ ਕਰਨਗੇ ਉਹ ਯੁਵਰਾਜ ਸਿੰਘ ਜਦ ਮਾਤਾ ਜੀ ਮੇਰੇ ਢਿੱਲੇ ਸੀ ਡੈਥ ਬੈੱਡ 'ਤੇ ਸੀ ਉਦੋਂ ਉਹਨਾਂ ਨੇ ਮੈਨੂੰ ਕਿਹਾ ਮੇਰੇ ਪੋਤੇ ਨੂੰ ਬਖਸ਼ ਦੇ ਇੰਨਾ ਜ਼ੁਲਮ ਨਾ ਕਰ ਮੈਂ ਕਿਹਾ ਮਾਂ ਗੁਰੂ ਸਾਹਿਬ ਨੇ ਕਿਹੜਾ ਸਿੰਘ ਐਂ ਬਣਾ ਦੇ
उन्होंने भी शीस लए, फिर उन्होंने सवारियां कराइया, फिर उन्होंने गुरु घर दी गल्लां पढ़ाइया, फिर उन्होंने अकाल पुरख दी गल्लां पढ़ाइया, फिर योधे बनाए। मैं कहा योधे अग च तरके बनते होंगे है, मंजिया ते बैठ के नहीं बनते। सो हरविंदर जी, बिटिया रानी, ज्यों वसते रहो। तुसी मां बोली अवार्ड इतने सारे सामने पेश किया, सारे टब्बर इकट्ठा किया। मैं तो इस परिवार की मिट्टी भी नहीं, मेरी भैन बैठी है, मैं हमेशा निर्मल जी के पैर छूना होना, तो मैं ऐ लगता पिछले जन्म की पिछली भैन है। तो मैं हमेशा कहते होंगे तू मेरा वीर है। यह रिश्ते साढ़े तुम सूँ कट्ठे किया, महाराज सूँ चढ़ दिया कला च रखे। एक गल मां बोली जरूर कह के जाना, पंजाब च बोली जाती है तो पंजाबीयत है, साड़ी मां बोली है। गुजरात के गुजराती बोली जाती, उन्होंने मां बोली है। महाराष्ट्र के मां बोली है। पर एक गल मैं स्पष्ट कर देना चाहना, यह मां बोली नहीं, एक गुरमुखी है। पहला लफ्ज एक ओंकार गुरु नानक देव जी दे मूह चो निकलिया सी, ये ठीक है कि गलत है? ये बहुत जरूरी है। और जेडे लफ्ज जेडी बाणी गुरुआ दे मूह चो निकली होवे, कोई मिटा सकता? दुनिया की कोई ताकत नहीं मिटा सकती है। अहमद शाह अब्दाली अर्गे आए, इतने औरंगजेब अर्गे आए, इतने बाबर अर्गे आए, हमामू अर्गे आए, फलाना आया धमकाया, लेकिन जब गुरु आए तो दसवें पातशाह ने सारा कुछ ही सेट कर, कोई फर्क नहीं पैंदा। कितने पंजाब नहीं चलिया, पंजाब नूं किसे ने नजर नहीं लाउणी। और तुहानूं इह वी दस दिंदा, जिन्हें पंजाब की अख वल भी मैली करन की कोशिश की, या माड़ी जी मिट्टी भी मैली करन की कोशिश की है, गुरुआ धरती उहनां पीरां पैगंबरां दे अकाल पुरख की उहदा रहना कख नहीं, तुहानूं इह वी दस दिंदा मैं, इह वी दस दिंदा। और इह सच है, जे गल ना हुंदी तां हरी सिंह नलूआ जाके कंधार ते किला ना बणाउंदा जमराव का, जे गल होंगी तो तिब्बत जोरावर सिंह जाके कब्जा ना करता। सो गल यह है, बाला पंजाबियों तो सिखा छेड़ना नहीं चाहिए, मतलब पंजाबी गल दस दें, क्योंकि धर्म जोड़ा है वो एक ही धर्म है, वह है रब का धर्म। और वो धर्म यह कहता कि जिस कौम के धियां भैनों की इज्जत नहीं होंगी, बड़ी माँ बराबर की भैन तो छोटी धी को नहीं समझा जाता, वह कौम कदे तरक्की नहीं कर सकती, वह मुल्क कदे तरक्की नहीं कर सकती। मैं हैरान इस गलते हाँ कि आप सारे अपने मर्द कहाने, आप सारे सवेरे उठ के जी जननी है ना, ये पैरों मत्था टेकना चाहिए। ये मैं तुम्हें सच कह रहा, और ये माँ जी ने अपनी कुख च सारे नौ महीने रख के जन्म दिता, वो माड़ी किमें हो सकती है? लख लाना तो अपने सारे दे, आप इज्जत की तो पूजने वाली चीज़ है। सो जिदन आप शुरू कर देंगे अपने देश, दुनिया के बाहर जाके देखो औरतों की इज्जत किमें होंगी है। मैं हमेशा गल नूं फड़िया कि जिस परिवार के औरत जी है उस संभाल के रखोगे, जिंदगी थोड़ियाँ जड़ा जी पुश्तों तो पुश्तों बड़िया तो बड़िया होंदिया जाए, कोई मिटा नहीं सकता। लेकिन जिस घर के जिस मुल्क औरत की इज्जत नहीं होंगी, ये भी तुम दस दिया, फिर उन्होंने किंकरे रेंदे ने, फिर इटा नहीं दिखदियाँ, कहीं मिट्टी हो जाते। सो बहुत जरूरी है, आप गल की बहुत सोहना सर, लेकिन याद रखो कित कुछ नहीं चलिया, ना पंजाब नू कोई लै चलिया, ना पंजाबी कित चली है, ये अपने कोल ही रहनी है। क्योंकि तू शाहीन है, परवाज है काम तेरा, तू शाहीन है, परवाज है काम तेरा, तेरे सामने आसमां और भी हैं, इसी रोज और शब में लोच करना रह जा कि तेरे जमीन और मकान और भी हैं, सितारों से आगे जहां और भी है, अभी जिंदगी के इश्क के इम्तिहान और भी। मेरे वालों आप जी लई के अखलाक के कदमों में कभी कलंदर नहीं गिरता, अखलाक के कदमों में कभी कलंदर नहीं गिरता, टूटे घर सितारा तो भी जमी पे नहीं गिरता, अरे गिरते हैं बड़े शौक से समंदर में दरिया, मगर किसी दरिया में समंदर नहीं गिरता। ए वो समंदर हम बहुत बहुत मुबारक सर, बहुत। दो मिनट वास्ते सर स्टेज पे रहोगे, मैं
योगराज पाजी रहेंगे, शुविंदर माल साहब ते निर्मल ऋषि जी, मैं तिन्हों बेनती करा कि एक बार स्टेज पर आ जाओ, क्योंकि लाइफ टाइम अचीवमेंट अवार्ड देने तो पहला असी दो सम्मान दो ऑनर ऐसे करने हैं